ਬੁੱਧੀ ਜੀ ਮੈਂ ਇਹ ਰਿਕੁਐਸਟ ਕਰਾਂਗੀ ਕਿ ਉਹ ਲਾਇਬ੍ਰੇਰੀ ਨੂੰ ਸਿਰਫ ਇਹ ਨਾ ਸੋਚਣ ਕਿ ਜਿੱਥੇ ਉਹਨਾਂ ਦੀ ਰਚਨਾਵਾਂ ਜਿਹੜੀਆਂ ਆ ਕੇ ਅਲਮਾਰੀ ਵਿੱਚ ਪਰੋਈਆਂ ਜਾਣਗੀਆਂ, ਰੱਖੀਆਂ ਜਾਣਗੀਆਂ, ਜੇ ਉਹ ਆ ਕੇ ਇੱਥੇ ਖੁਦ ਆਪਣੀ ਉਹ ਰਚਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ, ਤਾਂ ਮੇਰਾ ਖਿਆਲ ਹੈ ਕਿ ਇਹ ਰੀਡਿੰਗ ਹੈਬਿਟ ਜਿਹੜੀ ਉਹਨਾਂ ਵਿੱਚ ਜ਼ਿਆਦਾ ਵਿਕਸਿਤ ਹੋਏਗੀ। ਉਹ ਆ ਕੇ ਦੱਸਣ ਕਿ ਇਹ ਜਿਹੜੀ ਸੋਚ ਹੈਗੀ ਹੈ ਉਹ ਕਿਸ ਨਜ਼ਰੀਏ ਨਾਲ ਉਹਨਾਂ ਨੇ ਲਿਖੀ ਹੈ। ਜਦੋਂ ਰੂਬਰੂ ਹੋਣਗੇ, ਜਿਹੜੇ ਪੜ੍ਹਨ ਵਾਲਿਆਂ ਨਾਲ ਰੂਬਰੂ ਹੋਣਗੇ ਨਾ, ਤਾਂ ਮੈਨੂੰ ਲੱਗਦਾ ਕਿ ਲੋਕ ਉਹਨਾਂ ਨਾਲ ਜ਼ਿਆਦਾ ਜੁੜਨਗੇ। ਇੱਥੇ ਜਦੋਂ ਆ ਕੇ ਕਿਤਾਬਾਂ ਮੈਂ ਦੇਖਦੀ ਹਾਂ ਅਲਮਾਰੀਆਂ ਵਿੱਚ ਬੈਠੀਆਂ, ਤਾਂ ਮੈਂ ਉਹ ਕਈ ਵਾਰੀ ਮੈਨੂੰ ਲੱਗਦਾ ਕਿ ਸੁਣਾ ਦੇ ਰਹੀ ਹਾਂ। ਉਹ ਬੁੱਧੀਜੀਵੀ ਨੇ, ਉਹ ਰਚਿਤਾ ਨੂੰ ਕਹਿ ਰਹੀਆਂ ਨੇ ਕਿ ਤੁਸੀਂ ਸਾਨੂੰ ਸਿਰਫ ਲਿਖ ਕੇ ਇਹ ਅਲਮਾਰੀਏ ਦੇ ਅੰਦਰ ਬੰਦ ਰੱਖਣ ਲਈ ਰਚਿਆ ਸੀ। ਇਹ ਉਹਨਾਂ ਦੀ ਵੀ ਓਨੀ ਜ਼ਿੰਮੇਵਾਰੀ ਹੈ ਕਿ ਲਾਇਬ੍ਰੇਰੀਆਂ ਨੂੰ ਵਿੱਚ ਲੋਕ ਆਉਣ ਅਤੇ ਉਹਨਾਂ ਦੀ ਰਚਨਾਵਾਂ ਨੂੰ ਪੜ੍ਹਨ, ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ, ਉਹਨਾਂ ਦੀ ਸੋਚ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ। ਜੇ ਬੁੱਧੀਜੀਵੀ ਆ ਕੇ ਲਾਇਬ੍ਰੇਰੀਆਂ ਨਾਲ ਜੁੜਨਗੇ, ਇਹਨਾਂ ਨੂੰ ਪ੍ਰਮੋਟ ਕਰਨਗੇ, ਅਤੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨਾ ਉਹ ਲਿਖਣ ਦਾ ਜਿਹੜਾ ਮਕਸਦ ਆ ਪੂਰਾ ਹੋ ਜਾਏਗਾ।